ਬਈ ਇਮਾਨਦਾਰੀ ਦੀ ਚੀਜ਼ ਚੱਲੀ ਕਿੱਥੋਂ, ਤੁਹਾਡੇ ਮਨ 'ਚ ਕਿੱਥੋਂ ਆਈ, ਸ਼ੁਰੂ ਤੋਂ ਹੀ ਆਈ ਕਿ ਕੋਈ ਕਿਸੇ ਘਟਨਾ ਨੇ ਤੁਹਾਨੂੰ ਇੰਸਪਾਇਰ ਕੀਤਾ ਇਸ ਚੀਜ਼ ਨੂੰ? ਨਾ, ਮੈਂ ਤੁਹਾਨੂੰ ਪਹਿਲਾਂ ਹੀ ਤਾਂ ਜੋੜ ਕੇ ਕਿਹਾ, ਮੈਂ ਆਪਣੇ ਨਾ ਇੱਕ ਘਟਾ ਕੇ ਤੁਹਾਨੂੰ ਇਹ ਗੱਲ ਕੀਤੀ ਆ ਵੀ ਆਹ ਇੱਦਾਂ ਬਿਹਤਰ ਹੋ ਸਕਦਾ। ਉਹ ਹੈਗਾ ਪੇਰੈਂਟਸ ਦਾ ਰੋਲ, ਮੇਰੀ ਮਦਰ ਦਾ ਰੋਲ, ਫਾਦਰ ਦਾ ਆਊਟਡੋਰ ਜ਼ਿਆਦਾ ਸੀਗੇ, ਉਹਨਾਂ ਦਾ ਵੀ ਰੋਲ ਹੈ, ਪਰ ਮਾਂ ਦਾ ਰੋਲ ਬਹੁਤ ਵੱਡਾ ਆ, ਜਿਹੜੀ ਤੁਹਾਨੂੰ ਗੁਰਬਾਣੀ ਨਾਲ ਜੋੜਦੀ ਆ, ਰੱਬ ਨਾਲ ਜੋੜਦੀ ਆ, ਪਰਮਾਤਮਾ ਨਾਲ, ਫਿਰ ਤੁਹਾਨੂੰ ਅੱਛੇ ਇਨਸਾਨ ਬਣਾਉਣ ਦਾ ਸੁਪਨਾ ਹੁੰਦਾ ਵੀ ਮੈਂ ਅੱਛਾ ਇਨਸਾਨ ਬਣੇ, ਮੇਰਾ ਪੁੱਤ ਕਰਪਟ ਨਾ ਹੋਵੇ, ਕਦੀ ਕਿਸੇ ਦੇ ਕਮਾਈ ਵੱਲ ਨਾ ਦੇਖੇ। ਭਾਈ ਲਾਲੋ ਦਾ ਕੰਸੈਪਟ ਸਮਝਾਉਣਾ ਆਪਣੇ ਬੱਚਿਆਂ ਨੂੰ, ਉਹ ਸਾਡੇ ਕੋਲ ਵੀ ਕੰਸੈਪਟ ਹੈਗਾ, ਪਰ ਮਾਪੇ ਉੱਧਰ ਨੂੰ ਤੁਰਦੇ ਘੱਟ ਹੈ, ਉਹ ਲੈਕਚਰ ਬਾਜ਼ੀਆਂ ਜ਼ਿਆਦਾ ਰਹਿ ਗਈਆਂ। ਅਤੇ ਬੱਚਿਆਂ ਦੇ ਵਿੱਚ ਸੱਚੀ ਉਹ ਕਹਿੰਦੇ ਨਾ ਵੀ ਸ਼ਹੀਦ ਭਗਤ ਸਿੰਘ ਜੰਮਣ ਦਾ ਸਹੀ, ਪਰ ਸਾਡੇ ਨਾ ਜੰਮਣ, ਗੁਆਂਢੀਆਂ ਦੇ ਜੰਮਣ, ਸਾਨੂੰ ਤਾਂ ਕੋਈ ਚਾਹੀਦਾ ਲੁੱਟ ਲੁੱਟ ਕੇ ਲਿਆਉਣ ਵਾਲਾ ਬੱਚਾ ਜੰਮੇ, ਕਰਪਟ ਵੱਡਾ ਅਫਸਰ ਅਤੇ ਚੱਕ ਦੇਵੇ ਕੰਮ।